ਸਤਿ ਸ਼੍ਰੀ ਅਕਾਲ ਜੀ ਨਮਨ ਕਲਾਸਿਸ ਦੇ ਵਿੱਚ ਤੁਹਾਡਾ ਸਵਾਗਤ ਹੈ ਆਪਾਂ ਆਪਣੀ ਪਿਛਲੀ ਵੀਡੀਓ ਦੇ ਵਿੱਚ ਭਾਸ਼ਾ ਬਾਰੇ ਪੜਿਆ ਸੀ ਕਿ ਭਾਸ਼ਾ ਕੀ ਹੁੰਦੀ ਹੈ ਉਸ ਦੇ ਕਿੰਨੇ ਰੂਪ ਹੁੰਦੇ ਨੇ ਤੇ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਤੇ ਅੱਜ ਦੇ ਲੈਕਚਰ ਦੇ ਵਿੱਚ ਆਪਾਂ ਉਪਭਾਸ਼ਾ ਦੇ ਬਾਰੇ ਪੜਾਂਗੇ ਉਪਭਾਸ਼ਾ ਪੜਨ ਤੋਂ ਪਹਿਲਾਂ ਮੈਂ ਤੁਹਾਨੂੰ ਭਾਸ਼ਾ ਨਾਲ ਸੰਬੰਧਿਤ ਦੋ ਕੁਐਸਚਨ ਪੁੱਛਣਾ ਚਾਹੁੰਦੀ ਹਾਂ ਕੁਐਸਚਨ ਦੇ ਆਨਸਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣੇ ਨੇ ਪਹਿਲਾ ਕੁਐਸਚਨ ਹੈਗਾ ਕਿ ਭਾਸ਼ਾ ਕੀ ਹੁੰਦੀ ਹੈ ਠੀਕ ਹੈ ਜੀ ਦੂਸਰਾ ਕੁਐਸਚਨ ਹੈਗਾ ਕਿ ਸਾਡੇ ਸੰਵਿਧਾਨ ਵਿੱਚ ਕਿੰਨੀਆਂ ਭਾਸ਼ਾਵਾਂ ਨੂੰ ਜਿਹੜੀ ਹੈ ਮਾਨਤਾ ਪ੍ਰਾਪਤ ਹੈ ਇਹਨਾਂ ਦੇ ਆਨਸਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਮੈਨੂੰ ਜ਼ਰੂਰ ਦੇਣੇ ਆ ਤੇ ਅੱਜ ਆਪਾਂ ਕਰਾਂਗੇ ਉਪਭਾਸ਼ਾ ਜਿਵੇਂ ਭਾਸ਼ਾ ਤੁਹਾਨੂੰ ਪਤਾ ਹੀ ਹੈ ਕਿ ਕੀ ਹੁੰਦੀ ਹੈ ਕਿ ਜਿਹੜੇ ਅਸੀਂ ਆਪਣੇ ਮਨ ਦੇ ਵਿਚਾਰ ਦੂਜਿਆਂ ਨਾਲ ਸਾਂਝੇ ਕਰਨੇ ਹੁੰਦੇ ਆ ਤੇ ਉਹ ਕੀ ਹੁੰਦੀ ਹੈ ਸਾਡੀ ਭਾਸ਼ਾ ਹੁੰਦੀ ਹੈ ਉਹ ਅਸੀਂ ਭਾਸ਼ਾ ਬੋਲ ਕੇ ਮਤਲਬ ਕਿ ਆਪਣੇ ਵਿਚਾਰ ਆ ਜਿਹੜੇ ਦੂਜਿਆਂ ਨੂੰ ਦੱਸਦੇ ਆ ਤੇ ਅੱਜ ਅਸੀਂ ਕਰਨਾ ਹੈ ਉਪਭਾਸ਼ਾ ਉਪਭਾਸ਼ਾ ਕੀ ਹੁੰਦੀ ਹੈ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਵੀ ਜਦੋਂ ਭਿੰਨਤਾ ਆ ਜਾਂਦੀ ਹੈ ਤਾਂ ਉਹ ਭਿੰਨਤਾ ਕੀ ਹੈ ਜਿਹੜੀ ਕੀ ਹੈ ਬੋਲੀ ਦੇ ਉੱਪਰ ਵੀ ਉਹ ਭਿੰਨਤਾ ਦਾ ਅਸਰ ਪੈਂਦਾ ਠੀਕ ਹੈ ਜੀ ਕਿਵੇਂ ਹੈ ਕਿ ਕਿਸੇ ਪ੍ਰਾਂਤ ਵਿੱਚ ਇਲਾਕਾਈ ਭਿੰਨਤਾ ਕਾਰਨ ਬੋਲਚਾਲ ਦੀ ਜਿਹੜੀ ਭਿੰਨਤਾ ਹੈ ਉਹਦੇ ਵਿੱਚ ਵੀ ਥੋੜਾ ਫਰਕ ਆ ਬੋਲਚਾਲ ਦੇ ਵਿੱਚ ਆ ਜਾਂਦਾ ਤੇ ਇਹੀ ਜਿਹੜਾ ਰੂਪ ਹੈ ਇਹ ਉਪਬੋਲੀ ਬਣਦੀ ਹੈ ਠੀਕ ਹੈ ਜੀ ਜਿਹੜੀ ਉਪਬੋਲੀ ਹੈ ਇਹਦੇ ਪੈਦਾ ਹੋਣ ਦੇ ਕੀ ਕਾਰਨ ਨੇ ਇਹਦੇ ਇਹ ਕਾਰਨ ਨੇ ਕਿ ਜਦੋਂ ਪੁਰਾਣੇ ਸਮੇਂ ਦੇ ਵਿੱਚ ਕੀ ਹੈ ਆਵਾਜਾਈ ਦੇ ਸੰਚਾਰ ਦੇ ਸਾਧਨ ਜ਼ਿਆਦਾ ਨਹੀਂ ਸੀਗੇ ਠੀਕ ਹੈ ਲੋਕਾਂ ਨੂੰ ਇੱਕ ਦੂਜੇ ਨਾਲ ਮਿਲਣ ਨੂੰ ਕੀ ਹੈ ਬਹੁਤ ਟਾਈਮ ਜਾਂ ਬਹੁਤ ਦਿਨ ਲੱਗ ਜਾਂਦੇ ਸੀਗੇ ਮੇਲ ਜੋਲ ਘੱਟ ਹੁੰਦਾ ਸੀ ਤਾਂ ਕੀ ਸੀ ਇੱਕ ਇਲਾਕੇ ਦੇ ਵਿੱਚ ਜੋ ਭਿੰਨਤਾ ਹੁੰਦੀ ਸੀ ਜੋ ਉਹਨਾਂ ਦੇ ਸ਼ਬਦ ਉਤਪੰਨ ਹੁੰਦੇ ਸੀ ਉਹ ਦੂਜੇ ਇਲਾਕੇ ਦੇ ਵਿੱਚ ਇੰਨੇ ਚੰਗੀ ਤਰ੍ਹਾਂ ਨਾਲ ਨਹੀਂ ਪਹੁੰਚਦੇ ਸੀਗੇ ਇਸ ਤਰ੍ਹਾਂ ਕੀ ਹੈ ਜਿਹੜਾ ਕੀ ਹੈ ਉਪਭਾਸ਼ਾ ਦਾ ਜਿਹੜਾ ਕੀ ਹੈ ਕੁਦਰਤੀ ਗੱਲ ਹੈ ਕਿ ਇਹਦੇ ਉਪਭਾਸ਼ਾ ਦੀ ਹੋਂਦ ਆਉਣੀ ਸੁਭਾਵਿਕ ਸੀਗੀ ਠੀਕ ਹੈ ਜੀ ਇਸ ਕਾਰਨ ਹੀ ਕੀ ਹੈ ਉਪਭਾਸ਼ਾ ਜਿਹੜੀ ਉਹ ਹੋਂਦ ਵਿੱਚ ਆਈ ਤੇ ਉਪਭਾਸ਼ਾਵਾਂ ਸਾਡੇ ਪੰਜਾਬ ਵਿੱਚ ਕਿੰਨੀਆਂ ਨੇ ਤੇ ਜਦੋਂ ਸਾਡਾ ਜਦੋਂ ਦੇਸ਼ ਆਜ਼ਾਦ ਹੋਇਆ ਉਸ ਤੋਂ ਪਹਿਲਾਂ ਕੀ ਸੀ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਉਪਬੋਲੀਆਂ ਸੀਗੀਆਂ ਉਹ ਬੋਲੀਆਂ ਜਾਂਦੀਆਂ ਸੀਗੀਆਂ ਤੇ ਜਦੋਂ ਦੇਸ਼ ਸਾਡਾ ਆਜ਼ਾਦ ਹੋਇਆ ਉਸ ਤੋਂ ਬਾਅਦ ਕੀ ਹੈ ਸਾਡੇ ਜ਼ਿਆਦਾਤਰ ਜਿਹੜੀਆਂ ਬੋਲੀਆਂ ਉਪਬੋਲੀਆਂ ਨੇ ਉਹ ਪੱਛਮੀ ਪੰਜਾਬ ਪਾਕਿਸਤਾਨ ਵਿੱਚ ਹੀ ਚਲੇ ਗਈਆਂ ਤੇ ਸਾਡੇ ਕੋਲ ਹੁਣ ਕਿੰਨੀਆਂ ਜਿਹੜੀਆਂ ਉਪਬੋਲੀਆਂ ਨੇ ਉਹ ਹੈਗੀਆਂ ਨੇ ਮਾਝੀ ਦੁਆਬੀ ਮਲਵਈ ਤੇ ਪੁਆਧੀ ਜਿਹੜੀਆਂ ਕਿ ਬੋਲੀਆਂ ਜਾਂਦੀਆਂ ਨੇ ਠੀਕ ਹੈ ਜੀ ਹੁਣ ਅਸੀਂ ਦੇਖਾਂਗੇ ਕਿ ਉਪਬੋਲੀਆਂ ਕਿਹੜੇ ਇਲਾਕੇ ਦੇ ਵਿੱਚ ਕਿਹੜੀਆਂ ਬੋਲੀਆਂ ਜਾਂਦੀਆਂ ਸਾਡੀ ਪਹਿਲੀ ਹੈਗੀ ਹੈ ਮਾਝੀ ਇਹ ਮਾਝੀ ਉਪਬੋਲੀ ਕਿੱਥੇ ਬੋਲੀ ਜਾਂਦੀ ਹੈ ਅੰਮ੍ਰਿਤਸਰ ਤਰਨ ਤਾਰਨ ਇਹ ਖੇਤਰਾਂ ਵਿੱਚ ਬੋਲੀ ਜਾਂਦੀ ਹੈ ਠੀਕ ਹੈ ਜੀ ਇਸ ਇਲਾਕੇ ਨੂੰ ਕੀ ਹੈ ਮਾਝੀ ਦਾ ਇਲਾਕਾ ਬੋਲਦੇ ਨੇ ਠੀਕ ਹੈ ਜੀ ਜਿਹੜੇ ਲੋਕ ਹੁੰਦੇ ਹੋ ਮਜੈਲ ਲੋਕ ਲੋਕਾਂ ਨੂੰ ਕੀ ਕਹਿੰਦੇ ਆ ਮਜੈਲ ਤੇ ਇਲਾਕਾ ਕਿਹੜਾ ਹੁੰਦਾ ਮਲਵਈ ਸੋਰੀ ਮਾਝੀ ਠੀਕ ਹੈ ਜੀ ਤੇ ਇਹਦੇ ਵਿੱਚ ਕੀ ਸ਼ਬਦ ਨੇ ਜਿਵੇਂ ਅਸੀਂ ਕਹਿੰਦੇ ਆ ਸਵੇਰੇ ਸਵੇਰੇ ਇਹ ਕੀ ਬੋਲਦੇ ਆ ਸਵਖਤੇ ਸਵਖਤੇ ਕਿ ਅਸੀਂ ਕਹਿੰਦੇ ਸਵੇਰੇ ਸਵੇਰੇ ਕੌਣ ਆਇਆ ਇਹ ਬੋਲਦੇ ਨੇ ਸਵਖਤੇ ਠੀਕ ਹੈ ਜੀ ਅਸੀਂ ਇੱਥੇ ਬੋਲਦੇ ਆ ਕਿ ਬੰਨਿਆ ਹੋਇਆ ਇਹ ਬੋਲਦੇ ਨੇ ਬੱਤਾ ਤੇ ਦੇਖਣ ਨੂੰ ਅਸੀਂ ਬੋਲਦੇ ਆ ਦੇਖਿਆ ਹੋਇਆ ਇਹ ਕੀ ਬੋਲਦੇ ਆ ਬਿੱਥਾ ਇਹ ਚੀਜ਼ਾਂ ਨੇ ਜਿਹੜੀਆਂ ਕਿ ਮਾਝੀ ਇਲਾਕੇ ਵਿੱਚ ਸ਼ਬਦਾਂ ਦਾ ਅੰਤਰ ਉਸ ਤੋਂ ਬਾਅਦ ਆਉਂਦੀ ਹੈ ਸਾਡੀ ਦੁਆਬੀ ਦੁਆਬੀ ਉਪਬੋਲੀ ਕਿੱਥੇ ਬੋਲੀ ਜਾਂਦੀ ਹੈ ਜਲੰਧਰ ਨਵਾਂ ਸ਼ਹਿਰ ਫਗਵਾੜਾ ਫਿਲੌਰ ਨਿਕੋਦਰ ਆਦਿ ਖੇਤਰਾਂ ਵਿੱਚ ਜਿਹੜੀ ਬੋਲੀ ਜਾਂਦੀ ਹੈ ਇੱਥੇ ਜਿਹੜੀ ਉਪਬੋਲੀ ਦਾ ਡਿਫਰੈਂਸ ਉਹ ਕੀ ਹੈ ਕਿ ਜਿਹੜੇ ਇਹ ਲੋਕ ਨੇ ਉਹ ਵਾਵੇ ਦੀ ਜਗ੍ਹਾ ਬੱਬੇ ਦਾ ਇਸਤੇਮਾਲ ਕਰਦੇ ਨੇ ਜਿਵੇਂ ਆਪਾਂ ਕਹਿ ਦਿੰਦੇ ਵੱਟਾ ਇਹ ਬੋਲਦੇ ਨੇ ਵੱਟਾ ਵਾਵੇ ਦੀ ਜਗ੍ਹਾ ਇਹ ਬੱਬੇ ਦਾ ਉਪਯੋਗ ਕਰਦੇ ਨੇ ਜਿਵੇਂ ਅਸੀਂ ਕਹਿ ਦਿੰਦੇ ਹਾਂ ਵੱਖੀ ਇਹ ਬੋਲਦੇ ਨੇ ਵੱਖੀ ਵਾਵੇ ਦੀ ਜਗ੍ਹਾ ਬਹੁਤ ਜ਼ਿਆਦਾ ਇਹ ਬੱਬੇ ਦਾ ਪ੍ਰਯੋਗ ਜਿਹੜਾ ਕਰਦੇ ਨੇ ਉਸ ਤੋਂ ਬਾਅਦ ਸਾਡੀ ਮਲਵਈ ਆ ਜਾਂਦੀ ਹੈ ਜਿਹੜੀ ਮਲਵਈ ਉਪਬੋਲੀ ਇਹਦਾ ਘੇਰਾ ਬਹੁਤ ਵਿਸ਼ਾਲ ਹੈ ਮਤਲਬ ਕੀ ਹੈ ਜ਼ਿਆਦਾਤਰ ਇਹ ਮਲਵਈ ਜਿਹੜੀ ਉਪਭਾਸ਼ਾ ਉਹ ਬੋਲੀ ਜਾਂਦੀ ਹੈ ਤੇ ਇਹ ਕਿੱਥੇ ਬੋਲੀ ਜਾਂਦੀ ਹੈ ਬਠਿੰਡਾ ਮੁਕਤਸਰ ਮਾਨਸਾ ਫਤਿਹਗੜ੍ਹ ਸਾਹਿਬ ਸੰਗਰੂਰ ਪਟਿਆਲਾ ਇਹ ਖੇਤਰਾਂ ਵਿੱਚ ਜਿਹੜੀ ਕੀ ਇਹ ਬੋਲੀ ਜਾਂਦੀ ਹੈ ਠੀਕ ਹੈ ਜੀ ਅੱਗੇ ਹੈਗੀ ਹੈ ਸਾਡੀ ਪੁਆਧੀ ਇਹ ਬੋਲੀ ਕਿੱਥੇ ਬੋਲੀ ਜਾਂਦੀ ਹੈ ਰੋਪੜ ਪਟਿਆਲਾ ਸੰਗਰੂਰ ਇਹ ਹਿੱਸਿਆਂ 'ਚ ਇਹਦਾ ਘੇਰਾ ਕੀ ਹੈ ਬਹੁਤ ਛੋਟਾ ਇਹ ਬਹੁਤ ਘੱਟ ਬੋਲੀ ਜਾਂਦੀ ਹੈ ਇਹਦੇ 'ਚ ਕੀ ਫਰਕ ਲੱਗਦਾ ਇਹ ਲੋਕ ਜਿਵੇਂ ਅਸੀਂ ਕਹਿੰਦੇ ਹਾਂ ਅਸੀਂ ਤੁਸੀਂ ਇਹ ਬੋਲਦੇ ਨੇ ਹਮੇ ਤੁਮੇ ਇਹ ਚੀਜ਼ਾਂ ਜਿਹੜੀਆਂ ਕੀ ਨੇ ਉਪਬੋਲੀ ਇਹਨਾਂ ਦੀ ਇਹ ਹੈ ਕਿ ਇਹ ਹਮੇ ਤੁਮੇ ਵਰਡ ਦਾ ਜ਼ਿਆਦਾ ਜਿਹੜਾ ਯੂਜ਼ ਉਹ ਕਰਦੇ ਨੇ ਉਸ ਤੋਂ ਬਾਅਦ ਆ ਜਾਂਦੀ ਹੈ ਡੋਗਰੀ ਇਹ ਜਿਹੜੀ ਕਿ ਕਿੱਥੇ ਬੋਲੀ ਜਾਂਦੀ ਹੈ ਕੁੱਲੂ ਕਾਂਗੜਾ ਸਿਆਲਕੋਟ ਦੇ ਪਹਾੜੀ ਇਲਾਕਿਆਂ ਵਿੱਚ ਜਿਹੜੀ ਆ ਬੋਲੀ ਜਾਂਦੀ ਹੈ ਉਸ ਤੋਂ ਬਾਅਦ ਸਾਡੀ ਆ ਜਾਂਦੀ ਹੈ ਪੋਠੋਹਾਰੀ ਇਹ ਕੀ ਹੈ ਜੀ ਰਾਵਲਪਿੰਡੀ ਜੋ ਕਿ ਪਾਕਿਸਤਾਨ ਵਿੱਚ ਹੈ ਉਹਦੇ ਪਹਾੜੀ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ ਤੇ ਉਸ ਤੋਂ ਬਾਅਦ ਸਾਡੀ ਆ ਜਾਂਦੀ ਹੈ ਮੁਲਤਾਨੀ ਇਹ ਜਿਹੜੀ ਕੀ ਹੈ ਪਾਕਿਸਤਾਨ ਦੇ ਇਲਾਕੇ ਚ ਮੁਲਤਾਨ ਜ਼ਿਲ੍ਹੇ ਤੇ ਮੁਜ਼ੱਫਰਗੜ੍ਹ ਦੇ ਜਿਹੜੇ ਜ਼ਿਲ੍ਹੇ ਨੇ ਉੱਥੇ ਬੋਲੀ ਜਾਂਦੀ ਹੈ ਠੀਕ ਹੈ ਜੀ ਪਰ ਜਿਹੜੀ ਅੱਜ ਦਾ ਟਾਈਮ ਹੈ ਇਹ ਉਪਬੋਲੀਆਂ ਨੇ ਜਿਹੜੀਆਂ ਇਹਨਾਂ ਦਾ ਅੰਤਰ ਬਹੁਤ ਘੱਟ ਗਿਆ ਉਹ ਕਿਉਂ ਘੱਟ ਗਿਆ ਜਿਵੇਂ ਕਿ ਇਹਨਾਂ ਦੇ ਪੈਦਾ ਹੋਣ ਦਾ ਕੀ ਕਾਰਨ ਸੀਗਾ ਕਿ ਆਵਾਜਾਈ ਦੇ ਸਾਧਨ ਉਸ ਸਮੇਂ ਜਿਹੜੇ ਸੀ ਬਹੁਤ ਘੱਟ ਸੀ ਲੋਕਾਂ ਦਾ ਮੇਲ ਜੋਲ
एक दूजे नाल बहुत ज्यादा घट हुंदा सी, पर हुण की है जिहड़े की आवाजाई दे साधन भी वध गए, संचार दे भी साधन वध गए ने, लोकां दा की एक दूजे नाल मिलना जुलना वध हो गया, ते जिहड़ी इलाकाई भिन्नता बोलचाल दी उहदे विच वी की है डिफरेंस हुण पूरी तरह घट गया। इसलिए की है हुण जिहड़ा उप बोली दा साडा अंतर उह वी कुछ हद तक खत्म हो रहा। ठीक है जी, ए सीगे साडी उपभाषा ते उहदे इलाके। ठीक है जी, ते उहदे उत्पन्न होण दे कारण ते हुण उहदे जिहड़ी की है कि यह उपबोली का अंतर कुछ हद तक बहुत घट गया। ठीक है जी, आस करते हैं कि थोड़ा जो अज का लैक्चर पसंद आया होगा। अगर पसंद आई वीडियो तो ज्यादा लाइक शेयर सब्सक्राइब जरूर करो।